ਦੋ ਤਿੰਨ ਬੰਦੇ ਅਣਪਛਾਤੇ ਆ, ਠੀਕ ਆ ਜੀ। ਇਹਨਾਂ ਬਾਅਦ ਵਿੱਚ ਮਾਰੇ ਮਾਰਤੀ ਮੋਟਰਸਾਈਕਲ, ਮੋਟਰਸਾਈਕਲ ਡਿੱਗਾ ਥੱਲੇ, ਮੈਂ ਡਿੱਗ ਪਿਆ ਝੋਨੇ ਦੇ ਵਿੱਚ, ਝੋਨੇ ਦੇ ਵਿੱਚ ਡਿੱਗ ਪਿਆ। ਜਦੋਂ ਇਹਨਾਂ ਮੁੜ ਕੇ ਵਾਈ ਫਾਇਰ ਕੀਤੇ ਆ, ਵਾਈ ਫਾਇਰ ਕਰਨ ਤੋਂ ਬਾਅਦ ਇਹ ਮੇਰੇ ਮਗਰੇ ਲੱਗ ਗਏ ਝੋਨੇ ਦੇ ਵਿੱਚ। ਇਹਨਾਂ ਨੇ ਦਾਤਰਾਂ ਦੇ ਨਾਲ ਤਰਫ ਦੇ ਨਾਲ ਇਹਨਾਂ ਮੇਰਾ ਮੁੜ ਵੀ ਕੁੱਟਿਆ ਵਾ ਅਤੇ ਮੇਰੇ ਵੱਢ ਫੱਟ ਕੀਤੀ ਹੈ। ਇਹ ਟੋਟਲ ਮੰਨ ਲਓ 5-6 ਜਣੇ ਸੀ। ਹਾਂਜੀ, ਹਥਿਆਰ 315 ਸੀ ਅਤੇ ਬਾਕੀ ਦਾਤਰ ਸੀ ਅਤੇ ਬਾਕੀ ਹੋਰ ਗੱਡੀ ਦੇ ਵਿੱਚ ਸੀ। ਕਾਰਨ ਵਹੀ ਕੱਲ ਇਹਨਾਂ ਨੇ ਮਤਲਬ ਬਾਹਰ ਬੈਠੇ ਬੂਹੇ ਅੱਗੇ ਸਾਡੇ ਫਾਇਰ ਮਾਰ ਕੇ ਗਏ ਆ, ਤੇ ਕੋਈ ਇਹਨਾਂ ਨੇ ਸਾਡੀ ਕੋਈ ਲਾਡ ਡਾਡ ਨੀ ਪੁਰਾਣੀ ਹੈਗੀ, ਕੋਈ ਗੱਲਬਾਤ ਨੀ ਹੈਗੀ। ਅਸੀਂ ਬਿਲਕੁਲ ਮਤਲਬ ਪਿੰਡ ਦੇ ਵਿੱਚ ਸਾਫ਼ ਬੰਦੇ ਹਾਂ। ਕੋਈ ਵੋਟਾਂ ਦਾ ਕਹਿੰਦੇ ਨੇ? ਨਾ ਨਾ, ਵੋਟਾਂ ਦਾ ਮਤਲਬ ਸਾਡੇ ਸਰਪੰਚੀ ਦਾ ਚੱਕਰ ਆ, ਉਹਦੇ ਕਰਕੇ ਸਾਨੂੰ ਦਵਾਉਂਦੇ ਆ। ਕੀ ਮੰਗ ਕਰੋਗੇ? ਤੁਸੀਂ ਬਾਅਦ ਚ ਇਹਨਾਂ ਨੇ ਵੀ ਆ ਕੇ 10 ਗੱਡੀਆਂ ਲਿਆ ਕੇ ਘਰ ਫੈਲ ਕੀਤੀ। ਟਾਈਮ ਦਾ ਹੁਣ ਪਤਾ ਨੀ ਕਿੰਨਾ ਕੁ ਹੋਵੇ ਮੈਨੂੰ ਇਹਨਾਂ ਨੂੰ। ਰਾਤ 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 ਗੱਡੀਆਂ ਹੀ ਵੇਖੀਆਂ ਹੁਣ ਭਾਜੀ, ਪਤਾ ਕਿੰਨੇ ਜਾਣੇ ਵਿੱਚ ਇਹ ਗੱਡੀਆਂ ਆ ਵਿੱਚ ਬੂਹੇ ਦੀ ਗਾੜੀ ਆ ਕੇ ਮਾਰੀ। ਹਾਂ, ਬੂਹੇ ਦੀ ਗਾੜੀ ਤੇ ਆਪਣਾ ਪਿਆਲ ਪੱਠੇ ਪਾਉਂਦਾ ਸੀ ਉਹਦੇ ਵੱਜੀ ਆ ਤੇ ਉਹਨੂੰ ਦਾਖਲ ਕਰਾਇਆ ਹਸਪਤਾਲ। ਪਤਾ ਨੀ ਕਿਹੜੇ ਮਿੰਟ ਇਹਨਾਂ ਨੂੰ ਪਤਾ ਕਿਹੜੇ ਹਸਪਤਾਲ ਲੈ ਗਏ ਚੁੱਕ ਕੇ, ਉਹਨਾਂ ਸਾਨੂੰ ਤੇ ਦੱਸਿਆ ਨੀ ਲਵ। ਭਾਜੀ ਕੁਛ ਨੀ, ਇਹ ਵੋਟਾਂ ਵਾਟਾਂ ਦੀਆਂ ਪਾਰਟੀਆਂ ਵੱਜੀਆਂ ਜੇ ਤੁਹਾਨੂੰ ਦੱਸਾਂ, ਤੇ ਇਹ ਵੋਟਾਂ ਦੂਜੇ ਬੰਨੇ ਨਾ ਪਾਉਣੀਆਂ ਤੇ ਵਿੱਚ ਸਾਨੂੰ ਐਵੇਂ ਦੱਬੀ ਚਿੱਟ ਗੱਲ ਤੇ ਕੋਈ ਨੀ ਸਾਡੀ, ਨਾ ਕੋਈ ਇਸ ਤਰ੍ਹਾਂ ਹੀ ਕਰੀ ਜਾਂਦੇ, ਕਦੀ ਸਾਡੇ ਤੇ ਨਜਾਇਜ਼ ਪਰਚੇ ਕਰਾ ਦਿੰਦੇ, ਕਦੀ ਕੁਛ ਕਰ ਲੈਂਦੇ। ਨਹੀਂ ਭਾਜੀ, ਇਹ ਗੱਲ ਦੀ ਸਹੁੰ ਦੇਵਾਂਗੇ, ਸਾਡੇ ਕੋਲ ਬਾਬੇ ਲੱਦੂ ਸਹੁੰ ਲੈ ਲਓ ਇਸ ਗੱਲ, ਇਹਦਾ ਰਾਤ ਮੇਰੇ ਘਰ ਆ ਕੇ ਮਾਰ। ਹਾਂਜੀ, ਸਾਡੇ ਘਰ ਤੇ ਫੈਲ ਇੱਥੋਂ ਕਰਦੇ ਗਏ ਆ, ਪਿੱਛੋਂ ਕਰਦੇ ਹੀ ਆਏ ਤੇ ਇੱਥੋਂ ਕਰਦੇ ਅਸੀਂ, ਬੂਹਾ ਸਾਡਾ ਵੱਜਾ ਸੀ ਕੋਠਿਆਂ ਤੇ ਚੜ੍ਹ ਗਈਆਂ, ਜਨਾਨੀਆਂ ਸੀ ਘਰ। ਗੁਰਮੀਤ ਆ, ਪਛਾਣ ਚ ਕਿੰਨੇ ਆਵਾ? ਹਾਂ, ਗੁਰਮੀਤ ਦੀ ਗੱਡੀ ਗਾੜੀ। ਪੁਲਿਸ ਆਈ ਵੀਰ ਜੀ, ਉਸੇ ਵੇਲੇ ਮੈਂ ਚੱਲ ਗਈ, ਭੱਜ ਗਈ, ਮੈਂ ਥਾਣੇ ਚੱਲ ਗਈ, ਆਪ ਜਾ ਕੇ ਰਿਪੋਰਟ ਦੇ ਕੇ ਆਈ। ਕਾਰਵਾਈ ਸਵੇਰੇ ਵੀ ਆਈ, ਇੱਧਰ ਵੀ ਆਈ, ਉੱਧਰ ਵੀ ਗਏ। ਕੀ ਮੰਗ ਕਰੋਗੇ? ਦੂਜੇ ਮੈਂ ਤੇ ਹੋਰ ਗੋਲੀਆਂ ਵਿਖਾਈਆਂ, ਉਹ ਗੜੀਆਂ ਮੇਰੀ ਪੈਸੇ ਪੂਏ ਖਾਧੇ ਤੇ ਪੁੱਠੇ ਕੁੰਦੇ। ਨਹੀਂ, ਮੰਗ ਕੀ ਕਰੋਗੇ ਪੁਲਿਸ ਪ੍ਰਸ਼ਾਸਨ? ਹਾਂਜੀ, ਕੀ ਮੰਗ ਕਰੋਗੇ ਪੁਲਿਸ ਪ੍ਰਸ਼ਾਸਨ ਤੋਂ? ਡਾਟਾ ਵੀ ਹੋਣਾ ਚਾਹੀਦਾ, ਫੈਸਲਾ ਹੋਣਾ ਚਾਹੀਦਾ। ਜੇ ਹੁਣ ਮੇਰਾ ਪੁੱਤ ਇਕੱਲੇ ਬਾਹਰ ਜਾਣ, ਮੇਰਾ ਕੋਈ ਨੁਕਸਾਨ ਹੋ ਜਾਵੇ, ਮੈਂ ਕੀ ਕਰ ਲੈਣਾ ਘਰ? ਬੰਦਾ ਮੇਰਾ ਉਹ ਹੀ ਨੀਗਾ, ਪੁੱਤ ਦੋਵੇਂ ਮੇਰੇ ਹੌਲੀ ਹੌਲੀ ਉਮਰ ਦੇ। ਤੇ ਇੱਥੇ ਅਸੀਂ ਬੈਠੇ ਹਾਂ, ਕੋਈ ਗੱਲ ਹੀ ਨੀਗੀ, ਜੀ ਗੱਲ ਆ ਵੀ ਇੱਥੇ ਨਾਲ ਦੇ ਬੈਠੇ ਸ਼ਾਮੀ ਕੰਮ ਧੰਦਾ ਕਰਕੇ, ਤੇ ਗੱਲ ਆ ਵੀ ਇਸ ਆਰਾਮ ਨਾਲ ਬੈਠੇ ਆ ਤੇ ਤੁਰੇ ਜਾਂਦੇ ਸੀ, ਜਾਣਦੇ ਨੇ ਉਹਨਾਂ ਆਣ ਕੇ ਇੱਥੇ ਗੋਲੀਆਂ ਚਲਾਈਆਂ। ਕੌਣ ਸੀ ਜਿਹਨਾਂ ਨੇ ਫਾਇਰ ਕੀਤੇ? ਆ ਪਿੰਡੋਂ ਆ ਮੁੰਡੇ ਜੀ। ਪਛਾਣਦੇ ਤੁਸੀਂ ਉਹਨਾਂ ਨੂੰ? ਪਛਾਣਦੇ ਹਰਪ੍ਰੀਤ ਤੋਂ ਤੇ ਗੁਰਚੇਤ ਤੋਂ, ਨਾਲ ਇੱਕ ਹੋਰ ਮੁੰਡਾ ਹੈ। ਕਿੰਨੇ ਕੁ ਜਾਣੇ ਇੱਕ ਆਤੇ ਆਏ? ਉਹ ਗੱਡੀ ਤੇ ਸੀ ਜੀ, ਜੀਪ ਸੀ, ਜੀਪ ਤੇ ਸੀ ਕਿੰਨੇ ਜਾਣੇ। ਕੋਈ ਬੰਦਾ ਵੀ ਜ਼ਖਮੀ ਹੋਇਆ? ਜ਼ਖਮੀ ਹੋਇਆ ਪਿੰਡੋਂ, ਇੱਥੋਂ ਜਦੋਂ ਗੋਲੀ ਚਲਾ ਕੇ ਗਏ ਨੇ ਤੇ ਮੁੜ ਕੇ ਉਸ ਸਿੱਧੇ ਉਹਦੀ ਡੇਰੀ ਆ, ਡੇਰੀ ਤੇ ਦੁੱਧ ਪਾਉਣ ਗਿਆ। ਕਿਹੜੇ ਹਥਿਆਰ ਹੀ ਉਹਨਾਂ ਕੋਲ? ਹਥਿਆਰਾਂ ਦੇ ਬਾਰੇ ਨਹੀਂ ਪਤਾ ਹੈ, ਇਸ ਚੀਜ਼ ਦਾ ਹੁਣ ਗੱਲ ਆ ਵੀ ਨਹੀਂ ਸਾਨੂੰ। ਪਿਸਟਲ ਸੀ ਤੇ ਰਫਲ ਸੀ, ਤੇ ਮੁੜ ਕੇ ਜਾ ਕੇ ਉਹ ਡੇਰੀ ਵਾਲੇ ਦੇ ਪਿੰਡ ਗਲ ਪੈ ਗਏ ਨੇ। ਉਹਨੂੰ ਵਾਹਵਾ ਮਤਲਬ ਕੇਸਾਂ ਦੀ ਬੇਅਦਬੀ ਕੀਤੀ ਆ ਤੇ ਕੀਤੀ ਆ, ਵਾਹਵਾ ਉਹਦੇ ਖੂਨ ਵੀ ਵਗਿਆ।
ਤੇ ਦਿਨੇ ਫਿਰ ਉਹਦੇ ਮੁੰਡਾ ਸਾਡੀ ਪਰਲੇ ਪਿੰਡ ਡੇਰੀ ਉਹਦੇ ਗਲ ਵਿੱਚ ਆ ਕੇ ਸਵੇਰੇ ਫਿਰ ਪੈ ਗਏ ਉਹਨੂੰ ਕਾਪੇ ਮਾਰੇ ਪਹਿਲਾਂ ਗੱਡੀ ਮਾਰ ਕੇ ਉਹਨੂੰ ਸੁੱਟਿਆ ਗਿਆ ਹੈ ਡੋਣੇ ਸੀ ਤੇ ਡੋਣੇ ਮੁੜ ਕੇ ਵਿਚਾਰਾ ਭੱਜ ਕੇ ਤੇ ਝੋਨੇ ਚ ਜਾਣ ਡਿਆ ਤੇ ਮਗਰ ਜਾ ਕੇ ਉਹਦੇ ਕਾਪੇ ਮਾਰੇ ਰਾਤ ਪਹਿਲਾਂ ਤੁਹਾਡੇ ਘਰੇ ਗੋਲੀ ਚੱਲਦੀ ਉਸ ਤੋਂ ਬਾਅਦ ਦਿਨੇ ਫਿਰ ਜਾ ਕੇ ਦਿਨੇ ਫਿਰ 6:30 ਦਾ ਟਾਈਮ ਉਹ 6:30 ਪੌਣੇ 7 ਦਾ ਟਾਈਮ ਇਹਦੇ ਬਾਰੇ ਕੋਈ ਦਰਖਾਸਤ ਦਿੱਤੀ ਤੁਸੀਂ ਥਾਣੇ ਦਰਖਾਸਤ ਆਏ ਪ੍ਰਸ਼ਾਸਨ ਵਾਲੇ ਆਏ ਅੱਜ ਭਲੇ ਮਾਨਸ ਬੰਦੇ ਆਪਦੀ ਗੱਲ ਆ ਵੀ ਕਿਰਤ ਕਰਨ ਵਾਲੇ ਬੰਦੇ ਆ ਨਾ ਕਿਸੇ ਨਾਲ ਵਾਧੀ ਨਾ ਵੱਟੀ ਸਾਨੂੰ ਗੱਲ ਜਾਣ ਕੇ ਪਰੇਸ਼ਾਨ ਕੀਤਾ ਜਾ ਰਿਹਾ ਹਾਂ ਉੱਥੇ ਨੇ ਰੰਜਿਸ਼ ਸਾਡੀ ਤਾਂ ਕੋਈ ਨੀ ਗੀ ਜਾਣ ਕੇ ਇਸ਼ੂ ਬਣਾਈ ਜਾਂਦੇ ਆ ਜੀ ਤੁਸੀਂ ਇਸ ਤਰ੍ਹਾਂ ਮਤਲਬ ਪਰਚਾ ਕਰਾਇਆ ਜਾਂ ਗੱਲ ਆ ਵੀ ਤੁਹਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਅਸੀਂ ਤਾਂ ਨਾ ਕਿਸੇ ਨਾਲ ਕਿਸੇ ਵੀ ਪਿੰਡ ਵਾਲੇ ਤੋਂ ਤੁਸੀਂ ਪੁੱਛ ਸਕਦੇ ਜੇ ਅਸੀਂ ਕਿਸੇ ਨਾਲ ਕਦੇ ਵਾਧੀ ਘਾਟੀ ਕੀਤੀ ਹੋਵੇ ਸਾਡੇ ਤੇ ਉਹਨਾਂ ਇਸ਼ੂ ਬਣਾ ਤਾ ਵੀ ਤੁਸੀਂ ਮੁੰਡਾ ਗੁਰਮੀਤ ਆ ਵੀ ਇਹਨੇ ਪਰਚਾ ਕਰਾਇਆ ਜਾਏ ਜੀ ਉਹਨੇ ਮੈਂ 100 ਸਕੰਦ ਵੀ ਖਾਣਾ ਜੇ ਮੈਂ ਕਰਾਇਆ ਹੋਵੇ ਤੇ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਜੀ ਸਾਨੂੰ ਅਸੀਂ ਤਾਂ ਕਦੇ ਥਾਣੇ ਦਾ ਬੂਹਾ ਵੀ ਨਹੀਂ ਲੰਘੇ ਮੈਂ ਤੁਹਾਨੂੰ ਇਹਨਾਂ ਦੋਵਾਂ ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਸਵੇਰੇ ਵੀ ਹੋਇਆ ਸੀ ਇਸ ਬੰਦੇ ਅਸੀਂ ਵੈਰੀਫਾਈ ਕਰ ਰਹੇ ਮੌਕੇ 'ਤੇ ਪਹੁੰਚੇ ਇਹਨਾਂ ਦਾ ਧਿਆਨ ਲੈ ਕੇ ਕਿਹੜੀ ਫਰਕ ਕਰ ਰਹੇ ਜਖਮੀ ਫਿਲਹਾਲ ਦੇ ਦੋ ਨੇ ਇੱਧਰ ਉਹਦੇ ਕੁੱਝ ਪਾਰਟੀ ਵੱਲੋਂ ਸਾਰੀ ਪੂਰੀ ਪ੍ਰੈਕਟਿਸ ਕਰ ਰਹੇ ਦੋ ਚੱਕੀ ਦੇ ਸਾਹਮਣੇ ਮੈਡੀਕਲ ਘਰ ਦੇ ਸਾਹਮਣੇ ਇਹਨੂੰ ਰੱਖਾ ਕਰ ਰਹੇ ਗੋਲੀ ਕਹਿ ਰਹੇ ਚੱਲੀ ਹੈ ਬਾਕੀ ਪੂਰਾ ਵੈਰੀਫਾਈ ਕਰ ਰਹੇ ਲੱਤਾਂ ਦੋ ਤਰ੍ਹਾਂ ਦੀਆਂ ਲੱਗੀਆਂ ਕਿ ਕਿੱਧਰ ਦੀ ਲੱਗੀਆਂ ਜੀ ਕਿੱਧਰ ਦੇ ਸੱਟ ਜਿਹੜੇ ਅੱਗੇ ਸਾਡੇ ਸਾਹਮਣੇ ਜਿਹੜੇ ਬੀਜੇ ਨੇ ਬਾਕੀ ਅਸੀਂ ਆਏ ਹਾਂ ਹੋਸਪਿਟਲ ਫਿਰ ਡਾਕਟਰ ਸਾਹਿਬ ਨੂੰ ਮਿਲ ਕੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਮੈਡੀਕਲ ਘਰ